ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ? ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਊਗਾ। ਸਾਡੇ ਵੱਲ ਵੈਸੇ ਮੀਂਹ ਪੈ ਰਿਹਾ ਅਤੇ ਰਿਕਾਰਡਿੰਗ ਕਰਕੇ ਤੁਹਾਨੂੰ ਅੱਜ ਦੱਸ ਰਿਹਾ। ਮੈਂ ਕਿਹਾ ਚਲੋ ਸਾਰਿਆਂ ਨੂੰ ਆਪਣੇ ਵੀਰਾਂ ਭੈਣਾਂ ਨੂੰ ਜਿਹੜੇ ਸਾਡੇ ਨਾਲ ਜੁੜੇ ਹੋਏ ਉਹਨਾਂ ਨੂੰ ਖੁਸ਼ਖਬਰੀ ਦੇ ਦਿੱਤੀ ਜਾਵੇ ਕਿ ਜਿਹੜੀ ਅਸੀਂ ਵੀਡੀਓ ਪਾਈ ਸੀ, ਆਰਟੀਕਲ ਵੀ ਲਿਖਿਆ ਸੀ ਆਪਣਾ www.edapanjabi.com ਵੈਬਸਾਈਟ ਉੱਤੇ, ਕਿ ਸਵੋਨਾ ਸਾਈਡ ਵਿੱਚ ਪੇਪਰ ਨਿਕਲਣੇ ਸ਼ੁਰੂ ਹੋ ਗਏ ਆ। ਅਤੇ ਉਸ ਬੰਦੇ ਨੂੰ, ਜਿਸ ਬੰਦੇ ਨੂੰ ਕਮਿਊਨੀਕੇਸ਼ਨ ਆਈ ਸੀ ਕਿ ਤੁਹਾਡੇ ਜੀ ਪੇਪਰ ਨਿਕਲ ਗਏ ਆ, ਉਸ ਬੰਦੇ ਨੂੰ ਹੁਣ 21 ਤਰੀਕ ਨੂੰ ਆਪਣੀ ਜਿਹੜੀ ਆ ਅਗਲੇ ਹਫ਼ਤੇ ਆ, ਅੱਜ ਕਿੰਨੀ 18 ਤਰੀਕ ਆ ਮੇਰੇ ਹਿਸਾਬ ਨਾਲ, ਮੰਗਲਵਾਰ, ਹਾਂਜੀ ਅਗਲੀ ਤਰੀਕ ਨੂੰ ਮੰਗਲਵਾਰ ਨੂੰ ਉਸ ਬੰਦੇ ਨੂੰ ਪੇਪਰ ਮਿਲ ਜਾਣੇ ਆ, ਨੂਲਾ ਅਵਸਥਾ ਮਿਲ ਜਾਣਾ। ਉਸ ਤੋਂ ਬਾਅਦ ਵੀਜ਼ਾ ਇੰਡੀਆ 'ਚ ਲੱਗਣਾ, ਕਦੋਂ ਲੱਗਣਾ ਉਹ ਵੱਖਰੀ ਗੱਲ ਆ ਜੀ। ਮੈਂ ਕਿਹਾ ਜੀ ਹੁਣ ਤੁਹਾਨੂੰ ਸਾਰਿਆਂ ਨੂੰ ਦੱਸ ਦਈਏ ਵੀ ਜਿੱਦਣ ਮੈਂ ਤੁਹਾਨੂੰ ਅਸੀਂ ਵੀਡੀਓ ਪਾਈ ਸੀ, ਤਕਰੀਬਨ ਹਫ਼ਤਾ ਹੋ ਗਿਆ, ਹਫ਼ਤੇ 'ਚ ਉਹਨੂੰ ਕਮਿਊਨੀਕੇਸ਼ਨ ਆਇਆ, ਹਫ਼ਤੇ 10 ਦਿਨ ਰੱਖ ਲਓ, ਅਤੇ ਜਿਸ ਦਿਨ ਤੁਹਾਨੂੰ ਕਮਿਊਨੀਕੇਸ਼ਨ ਆਉਂਦਾ ਕਿ ਤੁਹਾਡੇ ਪੇਪਰ ਨਿਕਲ ਗਿਆ, ਤੁਹਾਨੂੰ ਆਪਣੀ ਈਮੇਲ ਆਉਂਦੀ ਹੈ ਨਾ ਉਹਦੇ ਉੱਤੇ ਵੀ ਤੁਹਾਡੇ ਪੇਪਰ ਜੀ ਨਿਕਲ ਗਏ ਆ, ਉਸ ਈਮੇਲ ਤੋਂ ਬਾਅਦ ਤਕਰੀਬਨ 10 ਦਿਨਾਂ ਦੇ ਬਾਅਦ ਜਿਹੜਾ ਤੁਹਾਨੂੰ ਨੂਲਾ ਅਵਸਥਾ ਮਿਲ ਜਾਂਦਾ। ਇਨਫੋਰਮੇਸ਼ਨ ਤੁਹਾਡੇ ਨਾਲ ਇਹ ਜੀ ਤਾਂ ਸ਼ੇਅਰ ਕਰ ਰਹੇ ਹਾਂ, ਬਾਈ ਚਾਂਸ ਅਗਰ ਤੁਹਾਨੂੰ ਤੁਹਾਡਾ ਕੋਈ ਏਜੰਟ ਕਹਿੰਦਾ ਕਿ ਹਾਂਜੀ ਸਾਨੂੰ ਲੈਟਰ ਆ ਗਿਆ, ਸਾਨੂੰ ਕਮਿਊਨੀਕੇਸ਼ਨ ਆ ਗਈ ਆ, ਤਾਂ ਉੱਥੋਂ ਤਕਰੀਬਨ ਆਈਡੀਆ ਰੱਖਿਓ, ਹਫ਼ਤਾ 10 ਦਿਨ ਲੱਗ ਜਾਂਦੇ ਆ ਉਹਨੂੰ ਨੂਲਾ ਅਵਸਥਾ ਮਿਲਣ ਨੂੰ। ਅਤੇ ਨੂਲਾ ਅਵਸਥਾ ਕਿੱਦਾਂ ਦਾ ਹੁੰਦਾ ਉਹਦੀ ਤੁਹਾਨੂੰ ਫੋਟੋ ਨਹੀਂ ਦਿਖਾਵਾਂਗੇ। ਹਾਂਜੀ, ਜਿਸ ਬੰਦੇ ਨੂੰ ਨੂਲਾ ਅਵਸਥਾ ਮਿਲਿਆ ਉਹਦੀ ਫੋਟੋ ਜ਼ਰੂਰ ਕੋਸ਼ਿਸ਼ ਕਰਾਂਗੇ ਵੀ ਉਹ ਬੰਦੇ ਨੇ, ਹਾਂਜੀ ਆਹ ਦੇਖੋ ਜੀ ਪਹਿਲਾ ਬੰਦਾ ਇਟਲੀ ਦਾ ਜਿਹਨੂੰ ਨੂਲਾ ਅਵਸਥਾ ਮਿਲੀ, ਉਹਦੀ ਫੋਟੋ ਪਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾਊਗੀ ਜੀ। ਅਤੇ ਆ ਉਹ ਈਮੇਲ ਆ ਜੀ ਜਿਹੜੀ ਉਹਨੂੰ ਵਕੀਲ ਨੂੰ ਆਈ ਸੀ, ਜਿਹਦੇ ਵਿੱਚ ਲਿਖਿਆ ਹੈ ਕਿ ਤੁਸੀਂ 19 ਤਰੀਕ ਨੂੰ 9 ਵਜੇ ਇਸ ਐਡਰੈਸ 'ਤੇ, ਜ਼ਿਆਦਾਤਰ ਪ੍ਰੇਫੇਤੂਰਾ ਦੇ ਵਿੱਚ ਹੁੰਦਾ, ਇਸ ਐਡਰੈਸ 'ਤੇ ਆ ਕੇ ਤੁਸੀਂ ਆਪਣਾ ਨੂਲਾ ਅਵਸਥਾ ਲਿਖ ਜਾ ਸਕਦੇ ਆ। ਅਤੇ ਇਹ ਈਮੇਲ ਤੁਹਾਨੂੰ ਤਾਂ ਸ਼ੋ ਕੀਤੀ ਆ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਜਦੋਂ ਤੁਹਾਨੂੰ ਕੋਈ ਤੁਹਾਡਾ ਏਜੰਟ ਕਹਿੰਦਾ ਆ ਕਿ ਤੁਹਾਡਾ ਜੀ ਨੂਲਾ ਅਵਸਥਾ ਨਿਕਲ ਗਿਆ, ਤੁਹਾਡੇ ਪੇਪਰ ਨਿਕਲ ਗਿਆ, ਨੂਲਾ ਅਵਸਥਾ ਨਿਕਲ ਗਿਆ। ਨੂਲਾ ਅਵਸਥਾ ਨਿਕਲਣ ਤੋਂ ਪਹਿਲਾਂ ਈਮੇਲ ਆਉਂਦੀ ਹੈ, ਤੁਸੀਂ ਆਪਣਾ ਜਿਹੜਾ ਏਜੰਟ ਆ ਉਹਨੂੰ ਕਹਿ ਸਕਦੇ ਹਾਂ ਕਿ ਤੁਸੀਂ ਸਾਨੂੰ ਆਪਣੀ ਜਿਹੜੀ ਈਮੇਲ ਆਈ ਉਹ ਸਾਨੂੰ ਕਾਪੀ ਭੇਜ ਦਿੱਤੀ, ਕਿਉਂਕਿ ਕਈ ਵਾਰ ਕੀ ਹੁੰਦਾ ਵੀ ਬਹੁਤ ਸਾਰੇ ਕੇਸ ਇੱਦਾਂ ਹੋਏ ਜਿਹੜੇ ਹੁਣ ਇਟਲੀ ਦੇ ਪੇਪਰ ਭਰ ਹੋਏ ਸੀ, ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਆਪਾਂ ਸਲਿੱਪਾਂ ਬਾਰੇ ਕਿਹਾ ਹੈਗਾ ਕਿ ਆਪਣੀਆਂ ਸਲਿੱਪਾਂ ਅਗਰ ਤੁਸੀਂ ਚੈੱਕ ਕਰਵਾਉਣੀਆਂ ਚਾਹੁੰਦੇ ਤਾਂ ਸਾਨੂੰ ਇਹਦਾ pnjabi@gmail.com ਉੱਤੇ ਈਮੇਲ ਕਰ ਸਕਦੇ। ਅਤੇ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਫਾਈਲਾਂ ਸੀਗੀਆਂ ਉਹ ਡੁਪਲੀਕੇਟ ਸੀਗੀਆਂ, ਅਤੇ ਵਿੱਚ ਵਿੱਚ ਤਾਂ ਮੈਂ ਪਰਫੈਕਟ ਡੁਪਲੀਕੇਟ ਕਾਪੀ ਵੀ ਦੇਖੀ ਜਿਹਨਾਂ ਵਿੱਚ ਗਲਤੀ ਸਿਰਫ ਕੀ ਸੀਗੀ, ਉਹਨਾਂ ਨੇ ਵਿੱਚ ਸਪੇਸ ਦੀ ਗਲਤੀ ਕੀਤੀ ਹੋਈ, ਉਹਨੂੰ ਵੈਸੇ ਅੱਖਰਾਂ ਦੇ ਹਿਸਾਬ ਨਾਲ ਕੋਈ ਕਹਿ ਨਹੀਂ ਸਕਦਾ ਵੀ ਇਹ ਡੁਪਲੀਕੇਟ ਆ ਜੀ। ਬਹੁਤ ਧਿਆਨ ਨਾਲ ਦੇਖ ਕੇ ਪਤਾ ਲੱਗਦਾ ਜੀ ਕਿ ਇਹ ਵਾਲੀ ਜਿਹੜੀ ਫਾਈਲ ਆ ਇਹ ਡੁਪਲੀਕੇਟ ਸੀ। ਹਾਂਜੀ ਚਲੋ ਲੱਗਦੇ ਹੱਥ, ਮੈਂ ਤੁਹਾਨੂੰ ਇਹ ਵੀ ਕਹਿ ਦਿੰਦਾ ਅਗਰ ਬਾਈ ਚਾਂਸ ਨਹੀਂ, ਜਿਨ੍ਹਾਂ ਬੰਦਿਆਂ ਨੂੰ, ਹਾਂਜੀ ਜਿਨ੍ਹਾਂ ਬੰਦਿਆਂ ਨੂੰ ਵਟਸਐਪ 'ਤੇ, ਫੇਸਬੁੱਕ 'ਤੇ ਜਾਂ ਫਿਰ ਈਮੇਲ ਰਾਹੀਂ ਅਸੀਂ ਦੱਸਿਆ ਸੀ ਕਿ ਜਿਹੜਾ ਤੁਹਾਡਾ ਰਿਚੇਬੂਤ ਆ, ਜਿਹੜੀ ਤੁਹਾਡੀ ਸਲਿੱਪਾ ਪੇਪਰ ਭਰਿਆ ਦੀ, ਇਹ ਡੁਪਲੀਕੇਟ ਆ, ਅਗਰ ਤੁਸੀਂ ਕੋਈ ਕਾਰਵਾਈ ਕਰਨੀ ਚਾਹੁੰਦੇ, ਕਾਰਵਾਈ ਕਰਨੀ ਚਾਹੁੰਦੇ ਤੁਹਾਡੀ ਆਪਣੀ ਮਰਜ਼ੀ ਹੈ ਜੀ। ਅਗਰ ਤੁਸੀਂ ਕੋਈ ਵੀ ਚਾਹੁੰਦੇ ਆ ਕਿ ਕੋਈ ਤੁਹਾਡੇ ਪੈਸੇ ਜਿਹੜੇ ਮਰੇ ਆ ਜਾਂ ਕੁਛ ਉਹਨਾਂ ਦਾ ਹੱਲ ਹੀਲਾ ਵਸੀਲਾ ਹੋਵੇ, ਤਾਂ ਤੁਸੀਂ ਆਪਣੀ ਪਾਸਪੋਰਟ ਦੀ ਕਾਪੀ, ਆਪਣਾ ਟੈਲੀਫੋਨ ਨੰਬਰ, ਵੈਲਿਡ ਟੈਲੀਫੋਨ ਨੰਬਰ, ਤੁਹਾਨੂੰ ਮੈਂ ਈਮੇਲ ਦਊਂਗਾ ਜਾਂ ਸਾਡੀ ਈਮੇਲ 'ਤੇ, ਜਾਂ ਫਿਰ ਮੈਂ ਤੁਹਾਨੂੰ ਕੋਈ ਹੋਰ ਈਮੇਲ ਦਊਂਗਾ ਜਿਹਦੇ ਉੱਤੇ ਤੁਸੀਂ ਭੇਜ ਸਕਦੇ ਆ। ਤਾਂ ਉਸ ਤੋਂ ਬਾਅਦ ਕੀ ਆ ਜੀ, ਹਫ਼ਤੇ 10 ਦਿਨ 1 ਮਹੀਨੇ ਦੇ ਵਿੱਚ ਤੁਹਾਨੂੰ ਅੰਬੈਸੀ ਕੰਟੈਕਟ ਕਰੂਗੀ, ਅਤੇ ਉਸ ਤੋਂ ਬਾਅਦ ਦਾ ਜਿਹੜਾ ਪ੍ਰੋਸੈਸ ਆ ਉਹ ਤੁਹਾਨੂੰ ਫਿਰ ਅੰਬੈਸੀ ਵਾਲੇ ਦੱਸੂਗੇ ਕਿ ਉਹਨਾਂ ਨੇ ਕੀ ਕਰਨਾ, ਕਿਉਂਕਿ ਤੁਹਾਨੂੰ ਜ਼ਾਹਿਰ ਜਿਹੀ ਗੱਲ ਉਹਨਾਂ ਨੇ ਇਹ ਪੁੱਛਣਾ ਕਿ ਜਿਸ ਬੰਦੇ ਨੇ ਤੁਹਾਡੇ ਨਾਲ ਫਰੋਡ ਕੀਤਾ ਅਗਰ ਤੁਸੀਂ ਉਹ 'ਤੇ ਕੇਸ ਕਰਨਾ ਚਾਹੁੰਦੇ ਆ ਜਾਂ ਨਹੀਂ ਕਰਨਾ ਚਾਹੁੰਦੇ। ਇਸ ਕਰਕੇ ਅਗਰ ਜਿਨ੍ਹਾਂ ਬੰਦਿਆਂ ਨੂੰ ਮੈਂ ਕਿਹਾ ਸੀਗਾ ਕਿ ਤੁਹਾਡੇ ਜਿਹੜੀ ਸਲਿੱਪ ਆ ਡੁਪਲੀਕੇਟ ਆ, ਕਈਆਂ ਨੂੰ ਬੰਦਿਆਂ ਕਿ ਤੁਹਾਡੀ ਸਲਿੱਪ ਆ ਜਿਹੜੀ ਸਸਪੈਕਟ ਕੇਸ ਆ, ਅਗਰ ਤੁਸੀਂ ਚਾਹੁੰਦੇ ਆ ਕੋਈ ਕਾਰਵਾਈ ਕਰਨੀ, ਆਪਣਾ ਪਾਸਪੋਰਟ ਨੰਬਰ ਅਤੇ ਜਿਹੜੀ ਆਪਣਾ ਟੈਲੀਫੋਨ ਨੰਬਰ ਆ ਉਹ ਜ਼ਰੂਰ ਭੇਜਿਓ ਜੀ। ਫਿਲਹਾਲ ਅਗਰ ਤੁਸੀਂ ਕਰਨਾ ਚਾਹੁੰਦੇ ਹਾਂ ਨਾ, ਸਿਰਫ ਸਾਨੂੰ ਇਹੀ ਮੈਸੇਜ ਕਰੋ ਕਿ ਹਾਂਜੀ ਅਸੀਂ ਕਾਰਵਾਈ ਕਰਨਾ ਚਾਹੁੰਦੇ ਹਾਂ ਜਿਹੜੇ ਬੰਦਿਆਂ ਨੂੰ ਡੁਪਲੀਕੇਟ ਲਿਖਿਆ ਸੀਗਾ, ਅਗਰ ਉਹ ਕਰਨਾ ਚਾਹੁੰਦੇ ਆ ਤਾਂ ਤੁਹਾਨੂੰ ਫੇਰ ਹੀ ਦੱਸਿਓ। ਅਤੇ ਬਾਕੀ ਆਹ ਈਮੇਲ ਸੀ ਮੈਂ ਤੁਹਾਨੂੰ ਦੱਸਣੀ ਸੀ ਕਿਸ ਹਿਸਾਬ ਨਾਲ ਸੀ। ਅਤੇ ਇੱਕ ਹੋਰ ਜ਼ਰੂਰੀ ਗੱਲ ਜੀ, ਮੈਨੂੰ ਆਪਣੇ ਕਿਸੇ ਬਾਈ ਜੀ ਨੇ ਮੈਸੇਜ ਭੇਜਿਆ, ਕਹਿੰਦੇ ਭਾਅ ਜੀ ਆਹ ਵੀਡੀਓ ਦੇਖੋ, ਇਹਦੇ ਵਿੱਚ ਕਹਿੰਦੇ ਆ ਡਾਇਰੈਕਟਲੀ, ਨਾਮ ਨਹੀਂ ਲਿਆ ਵੀ, ਤੁਹਾਡੇ ਬਾਰੇ ਕਹਿ ਰਿਹਾ ਕਿ ਤੁਸੀਂ ਝੂਠੀਆਂ ਖਬਰਾਂ ਦਿੰਦੇ ਆ, ਅਤੇ ਤੁਸੀਂ ਸਿਰਫ ਵਿਊ ਵਧਾਉਣ ਦੇ ਲਈ ਵੀਡੀਓ ਬਣਾਉਂਦੇ ਆ। ਮੈਂ ਕਿਹਾ ਚੈੱਕ ਕਰਕੇ ਦੇਖਦੇ ਹਾਂ, ਅਤੇ ਜਦੋਂ ਮੈਂ ਚੈੱਕ ਕਰਕੇ ਦੇਖਿਆ ਤਾਂ ਇੱਕ ਵੀਰ ਸੀ, ਅਤੇ ਵੀਰ ਜੀ ਮੈਂ ਦੇਖਿਆ ਬਾਈ ਜੀ ਦੀਆਂ ਕਾਫੀ ਵੀਡੀਓ ਉਹਨਾਂ ਨੇ ਪਾਈਆਂ, ਅਤੇ ਵਧੀਆ ਇਨਫੋਰਮੇਸ਼ਨ ਦਿੰਦੇ ਆ ਆਪਣੇ ਬਾਈਆਂ ਨੂੰ, ਵਧੀਆ ਸੇਵਾ ਕਰ ਰਹੇ ਆ ਉਹ ਵੀ। ਪਰ
ਉਹਦੇ ਵਿੱਚ ਮੈਂ ਕੀ ਦੇਖਿਆ, ਕੁਛ ਗੱਲਾਂ ਹੁੰਦੀਆਂ ਜਿਨ੍ਹਾਂ ਬਾਰੇ ਅਸੀਂ ਜਿਹੜੇ ਵੀਡੀਓ ਬਣਾਉਣ ਤੋਂ ਪਹਿਲਾਂ ਸਾਨੂੰ ਥੋੜ੍ਹਾ ਜਿਹਾ ਮੇਰੇ ਹਿਸਾਬ ਨਾਲ, ਬਾਕੀ ਹਰ ਬੰਦੇ ਦੀ ਆਪਣੀ ਆਪਣੀ ਸੋਚ ਆ, ਕਿ ਸਾਨੂੰ ਵੀਡੀਓ ਬਣਾਉਣ ਤੋਂ ਪਹਿਲਾਂ ਨਾ ਥੋੜ੍ਹੀ ਜਿਹੀ ਜਾਣਕਾਰੀ ਲੈ ਲੈਣੀ ਚਾਹੀਦੀ ਆ। ਬਾਈ ਜੀ ਨੇ ਇੱਕ ਗੱਲ ਕਹੀ ਵੀ ਪੁਰਤਾਲੇ ਇਮੀਗ੍ਰੇਟ ਸੀ ਉਹਨੇ ਜਿਹੜੀ ਵਾਲੀ ਵੈਬਸਾਈਟ ਆ, ਉਹ ਵੈਬਸਾਈਟ ਹੈਗੀ ਆ ਵੀ ਸਰਕਾਰ ਆ, ਕਾਨੂੰਨ ਆ, ਗੌਰਮੈਂਟ ਆ, ਪਰ ਉਸ ਜਿਹੜਾ ਵੈਬਸਾਈਟ ਦਾ ਓਨਰ ਆ ਨਾ ਉਹਦਾ ਨਾਂ ਅਵੋਕਾਤੋ ਅੰਜਲੂ ਮਸਾਰੋ ਆ, ਉਹ ਇੱਕ ਐਡਵੋਕੇਟ ਆ ਅਤੇ ਉਹ ਇੱਦਾਂ ਇਹ ਵਾਲੇ ਪ੍ਰਾਤੀਕੇ ਕਰਦਾ। ਉਹਦੇ ਨਾਲ ਮੇਰੀ ਚੰਗੀ ਗੱਲਬਾਤ ਆ, ਅਤੇ ਜਦੋਂ ਉਹ ਪ੍ਰਾਤੀਕਾ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਉਹਨੂੰ ਕਮਿਊਨੀਕੇਸ਼ਨ ਆਈ ਅਤੇ ਉਹਨੇ ਫੋਟੋ ਖਿੱਚ ਕੇ ਆਪਣਾ ਜਿਹੜਾ ਲਿੰਕ ਉਹ ਆਪਣਾ ਜਿਹੜੇ ਵੈਬਸਾਈਟ ਦਾ ਜਿੱਥੇ ਉਹਨੇ ਆਰਟੀਕਲ ਕੀਤਾ ਇਹ ਮੈਨੂੰ ਭੇਜਿਆ, ਕਹਿੰਦਾ ਸੀ ਕੁਲਵੀਰ ਸਿੰਘ ਜੇ ਤੁਸੀਂ ਇਹ ਆਪਣਾ ਲਿਖ ਕੇ ਕਰਨਾ ਚਾਹੁੰਦੇ ਹਾਂ, ਆਪਣਾ ਆਪਣੀ ਵੈਬਸਾਈਟ 'ਤੇ ਪਾਉਣਾ ਚਾਹੁੰਦੇ ਹਾਂ, ਆਪਣੀ ਵੀਡੀਓ ਬਣਾਉਣਾ ਚਾਹੁੰਦੇ ਤਾਂ ਜ਼ਰੂਰ ਪਾਓ। ਅਤੇ ਇੱਕ ਹੋਰ ਗੱਲ ਮੈਂ ਦੱਸਣੀ ਚਾਹੁੰਦਾ, ਉਹ ਇੰਡੀਅਨ ਨਹੀਂ ਹੈਗਾ ਜੀ, ਉਹ ਇਟਾਲੀਅਨ ਐਡਵੋਕੇਟ ਆ। ਅਤੇ ਬਸ ਇੰਨੀ ਜਿਹੀ ਗੱਲ ਸੀ ਕਿ ਆਪਣੇ ਮੇਰੇ ਤੋਂ ਛੋਟਾ ਹੀ ਹੈ ਜੀ, ਛੋਟੇ ਵੀਰ ਨੂੰ ਮੈਂ ਇੱਕ ਸਲਾਹ ਦੇਣੀ ਚਾਹੂੰਗਾ ਕਿ ਵੀਰ ਜੀ, ਬਾਈ ਜੀ, ਭਾਅ ਜੀ, ਥੋੜ੍ਹਾ ਜਿਹਾ ਜਦੋਂ ਤੁਸੀਂ ਵੀਡੀਓ 'ਚ ਕਿਸੇ ਵੀ ਬਾਰੇ ਕਿਸੇ ਹੋਰ ਚੈਨਲਾਂ ਬਾਰੇ ਗੱਲ ਕਰਦੇ ਹੋ ਨਾ, ਥੋੜ੍ਹਾ ਜਿਹਾ ਸੋਚ ਕੇ ਕਰਿਆ ਕਰੋ। ਮੈਨੂੰ ਇਹ ਨਹੀਂ ਪਤਾ ਜੀ ਬਾਕੀ ਚੈਨਲ ਵਾਲੇ ਜਾਂ ਬਾਕੀ ਵੀਡੀਓ ਵਾਲੇ ਜਾਂ ਤੁਸੀਂ ਕੀ, ਤੁਹਾਡਾ ਕੀ ਹਿਸਾਬ ਹੋਵੇ, ਤੁਸੀਂ ਸਿਰਫ ਆਪਣਾ ਵਿਊ ਵਧਾਉਣ ਲਈ ਕਰਦੇ ਹਾਂ ਜਾਂ ਕੀ ਹਿਸਾਬ ਤਾ ਵਾ, ਸਾਨੂੰ ਆਪਣਾ ਪਤਾ ਜੀ, ਆਪਾਂ ਕਰਦੇ ਹਾਂ ਜੀ ਸੇਵਾ। ਅਤੇ ਬਾਕੀ ਆਹੀ ਗੱਲ ਕਹਿਣਾ ਚਾਹੁੰਦਾ ਸੀ, ਅਤੇ ਬਾਕੀ ਵਧੀਆ ਕੰਮ ਕਰ ਰਿਹਾ ਭਰਾ ਤੂੰ, ਅੱਗੇ ਇੱਦਾਂ ਦੀਆਂ ਹੋਰ ਵੀਡੀਓ ਜਿਹੜੀਆਂ ਆਪਣੇ ਬੰਦਿਆਂ ਨੂੰ ਸੁਚੇਤ ਕਰਨ ਵਾਲੀਆਂ ਬਣਾਉਂਦੇ ਰਿਹਾ ਕਰੋ। ਮੈਂ ਇਹ ਨਹੀਂ ਕਹਿੰਦਾ ਕਿ ਸਿਰਫ ਮੇਰੀਆਂ ਵੀਡੀਓ ਦੇਖੋ ਜਾਂ ਫਿਰ ਮੇਰੀ ਵੀਡੀਓ ਸ਼ੇਅਰ ਕਰੋ, ਸਾਨੂੰ ਜਿਹੜੀ ਆ ਮੈਨੂੰ ਜਾਂ ਸਾਨੂੰ ਜਿਹੜੀ ਸਾਡੀ ਟੀਮ, ਇਹ ਤਾਂ ਪੰਜਾਬੀ ਦੀ ਟੀਮ ਆ, ਇਹਦਾ ਮੇਨ ਮਕਸਦ ਕੀ ਹੈ? ਇਹਦਾ ਮੇਨ ਮਕਸਦ ਇਹ ਆ ਜੀ ਕਿ ਆਪਣੇ ਜਿਹੜੇ ਬੰਦੇ ਆ ਨਾ ਇਹਨਾਂ ਤੱਕ ਪੂਰੀ ਖਬਰ ਜਾਂ ਪੂਰੀ ਗੱਲਬਾਤ ਪਹੁੰਚੇ। ਜਿੱਦਾਂ ਹੁਣ ਪੁਲਿਸ ਵਾਲੇ, ਨਕਲੀ ਪੁਲਿਸ ਵਾਲੇ ਬਹੁਤ ਲੁੱਟ ਰਹੇ ਆ, ਅਤੇ ਮੈਨੂੰ ਕਿਸੇ ਬਾਈ ਨੇ ਕਿਹਾ, ਕਹਿੰਦੇ ਭਾਜੀ ਤੁਸੀਂ ਇਸ ਟੋਪਿਕ 'ਤੇ ਕਿਉਂ ਨਹੀਂ ਵੀਡੀਓ ਬਣਾ ਕੇ ਪਾਈ? ਅਤੇ ਮੈਂ ਕਿਹਾ ਜਾਂ ਹੁਣ ਪਹਿਲਾਂ ਵੀਡੀਓ ਆ ਗਈ ਆ ਅਤੇ ਉਹਨੂੰ ਦੁਬਾਰਾ ਅਸੀਂ ਬਣਾ ਕੇ ਕਿਉਂ ਪਾਉਣਾ? ਕਿਉਂਕਿ ਜਦੋਂ ਮੇਰੇ ਤੱਕ ਵੀਡੀਓ ਪਹੁੰਚ ਜਾਂਦੀ ਨਾ ਘੁੰਮ ਕੇ, ਚਾਹੇ ਉਹ ਵੀਡੀਓ ਮੇਰੀ ਹੋਵੇ ਜਾਂ ਫਿਰ ਕਿਸੇ ਹੋਰ ਦੀ ਹੋਵੇ, ਕਿਉਂਕਿ ਇੱਦਾਂ ਬਹੁਤ ਵਾਰ ਮੇਰੇ ਨਾਲ ਹੁੰਦਾ, ਇੱਦਾਂ ਹੋਇਆ ਕਿ ਮੇਰੀਆਂ ਵੀਡੀਓ ਮੇਰੇ ਤੱਕ ਮੇਰੇ ਕੋਲ ਆ ਜਾਂਦੀਆਂ ਘੁੰਮ ਕੇ, ਤਾਂ ਉਦੋਂ ਮੈਨੂੰ ਲੱਗਦਾ ਵੀ ਤਕਰੀਬਨ ਸਾਰੇ ਇਟਲੀ 'ਚ ਇਹ ਘੁੰਮ ਗਈ ਆ। ਬਸ ਇਹੀ ਸਲਾਹ ਦੇਣੀ ਚਾਹੂੰਗਾ ਮੈਂ ਬਾਈ ਜੀ ਨੂੰ, ਅਤੇ ਇੱਕ ਦੱਸਣਾ ਚਾਹੂੰਗਾ ਪੁਰਤਾਲੀ ਇਮੀਗ੍ਰੇਸ਼ਨ ਵਾਲਾ ਜਿਹੜਾ ਬੰਦਾ, ਉਹਦਾ ਐਡਮਿਨ ਆ, ਉਹ ਮੇਰਾ ਚੰਗਾ ਜਾਣ ਪਛਾਣ ਵਾਲਾ ਬੰਦਾ ਅੰਜਲੂ ਮਸਾਰੋ, ਆ ਐਡਵੋਕੇਟ ਆ। ਅਗਰ ਐਡਰੈਸ ਚਾਹੀਦਾ ਤੁਹਾਨੂੰ ਐਡਰੈਸ ਵੀ ਦੇ ਦਿੰਦੇ ਹੁੰਦਾ ਜੀ। ਅਤੇ 21 ਤਰੀਕ ਨੂੰ ਉਹਨੇ ਮੈਨੂੰ ਫੋਟੋ ਖਿੱਚ ਕੇ ਭੇਜੀ ਆ, ਕਹਿੰਦਾ ਵੀ 21 ਤਰੀਕ ਨੂੰ ਮੈਂ ਲੈਣ ਜਾਣਾ ਨੂਲਾ ਉਸਤਾ, ਅਤੇ ਕਹਿੰਦਾ ਨੂਲਾ ਉਸਤਾ ਖਿੱਚ ਕੇ ਮੈਂ ਫੋਟੋ ਭੇਜੂੰਗਾ। ਅਤੇ ਨੂਲਾ ਉਸਤਾ ਜਦੋਂ ਉਹਨੇ ਫੋਟੋ ਖਿੱਚ ਕੇ ਭੇਜੀ ਮਿਲਣ ਵਾਲੀ ਨਾ, ਉਹ 'ਤੇ ਆਰਟੀਕਲ ਅਸੀਂ ਜ਼ਰੂਰ ਪਾਉਂਗੇ। ਅਤੇ ਬਾਈ ਚਾਂਸ ਅਗਰ ਤੁਹਾਨੂੰ ਵੀ ਬਾਈ ਜੀ ਕੋਈ ਖਬਰ ਚਾਹੀਦੀ ਹੋਵੇ, ਸਾਡੀ ਵੈਬਸਾਈਟ ਆਈ ਤਾਂ ਪੰਜਾਬੀ.com, ਉੱਤੇ ਟ੍ਰਾਂਸਲੇਸ਼ਨ ਕੀਤੀਆਂ ਹੁੰਦੀਆਂ ਆਪਣੇ ਪੁਰਤਾਲੀ ਇਮੀਗ੍ਰੇਸ਼ਨ ਵਾਲੀਆਂ ਹੁੰਦੀਆਂ ਨਿਊਜ਼ਾਂ, ਅਤੇ ਅਗਰ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਉਹਨਾਂ ਨੂੰ ਵੀ ਯੂਜ਼ ਕਰ ਸਕਦੇ ਆ। ਅਤੇ ਬਾਕੀ ਆਹੀ ਗੱਲ ਕਿ ਅੱਜ ਦੀ ਆਪਾਂ ਵੀਡੀਓ ਖਤਮ ਕਰਨਾ ਚਾਹਾਂਗੇ ਜੀ, ਸਾਡੇ ਨਾ ਕਿਸੇ ਨਾਲ ਗੁੱਸਾ ਨਾ ਗਿਲਾ। ਅਤੇ ਚਲੋ ਚੰਗਾ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਸੀਂ ਸੁਣ ਰਹੇ ਸੀ ਕੁਲਵੀਰ ਸਿੰਘ ਦੇ ਨਾਲ ਤਾਂ ਪੰਜਾਬੀ। ਅੱਜ ਦਾ ਟੋਪਿਕ ਸੀਗਾ ਕਿ ਜਿਹੜੇ ਪੇਪਰਾਂ ਦੀ ਅਸੀਂ ਗੱਲ ਕੀਤੀ ਸੀ, ਸੋ ਉਹਨਾਂ ਵਿੱਚ ਖੁੱਲ੍ਹੇ ਆ ਨਿਕਲੇ ਆ, ਉਸ ਬੰਦੇ ਨੂੰ ਮੇਰੇ ਹਿਸਾਬ ਨਾਲ ਜੇ ਤੱਕ ਮੈਨੂੰ ਸ਼ੱਕ ਆ ਪਹਿਲਾ ਬੰਦਾ ਹੋਣਾ, ਬਾਕੀ ਹੋਰ ਪਤਾ ਨਹੀਂ। ਸਵੋਨਾ ਵਿੱਚ ਪਹਿਲਾ ਨੂੰ ਲਾਓਸ ਦਾ ਜਿਹੜਾ ਮਿਲਣਾ 21 ਤਰੀਕ ਨੂੰ ਮਿਲਣਾ ਇਟਲੀ ਦੇ ਪੇਪਰਾਂ ਦਾ। ਚਲੋ ਚੰਗਾ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮਿਲਾਂਗੇ ਹੁਣ ਅਸੀਂ ਆਪਣੇ ਅਗਲੇ ਭਾਗ ਦੇ ਵਿੱਚ।